ਹੁਣ ਪ੍ਰੋਬਲਮ ਕੀ ਹੈ ਕਿ 2 ਸਾਲ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਬਾਰਡਰ ਬੰਦ ਰਹੇ ਹੁਣ ਹੋਏਗਾ ਕਿ ਨੋਨ ਐਸਜੀਐਸ ਕੈਟਾਗਰੀ ਬੱਚੇ ਬਚ ਕੇ ਰਹਿਣ ਇੱਕ ਸੁਲਝੇ ਹੋਏ ਤਜਰਬੇਕਾਰ ਕੰਸਲਟੈਂਟ ਅਥਾ ਤਾਂ ਡੀਫਾਈਲ ਹੈ ਤਾਂ ਵੀਜ਼ੇ ਤੱਕ ਜੂਰ ਪਹੁੰਚਾ ਸਕਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਚਾਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਤੋਂ ਅੱਜ ਇੱਕ ਵਾਰ ਫਿਰ ਆਜ਼ਾ ਰਾਂ ਸਾਡੇ YouTube ਚੈਨਲ ਦੇ ਮਾਧਿਅਮ ਰਾਹੀਂ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਧੰਨਵਾਦ ਕਰਾਂ ਤੁਹਾਡਾ ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਕਰਦੇ ਹੋ ਜਦੋਂ ਵੀਡੀਓ ਪਾਉਂਦੇ ਆ ਲਗਾਤਾਰ ਕੁਝ ਘੰਟਿਆਂ ਵਿੱਚ ਵੀਡੀਓਜ਼ ਦੇ ਉੱਤੇ ਕਾਫੀ ਕਮੈਂਟਸ ਨੂੰ ਸ਼ੁਰੂ ਹੋ ਜਾਂਦੇ ਆ ਉਹ ਤੁਹਾਡੇ ਉਹਨਾਂ ਕਮੈਂਟਸ ਦੇ ਕਰਕੇ ਮੈਂ ਹਰ ਵਾਰ ਨਵੇਂ ਟੌਪਿਕ ਤੇ ਡਿਸਕਸ ਕਰਨ ਦੀ ਕੋਸ਼ਿਸ਼ ਕਰਦਾ ਇਸ ਵੀਡੀਓ ਦੇ ਰਾਹੀਂ ਸੋ ਫਿਰ ਇੱਕ ਨਵਾਂ ਟੌਪਿਕ ਪਿਛਲੇ ਕੁਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ ਤੇ ਇਹ ਖਬਰਾਂ ਉੱਡ ਰਹੀਆਂ ਨੇ ਕਿ 1.8 ਮਿਲੀਅਨ ਫਾਈਲਜ਼ ਪੈਂਡਿੰਗ ਅਸੀਂ ਵੀ ਇਹ ਦੋ ਚਾਰ ਵੀਡੀਓ ਇੱਕ ਦੋ ਵੀਡੀਓ ਕੀਤੀਆਂ ਨੇ ਜਿੱਥੇ ਦੱਸਿਆ ਗਿਆ 18 ਲੱਖ ਫਾਈਲਜ਼ ਪੈਂਡਿੰਗ ਹੈ 1.8 ਮਿਲੀਅਨ ਫਾਈਲ ਜਿਹਦੇ ਚ ਕੱਲੀ ਕੱਲੀ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਸਟੂਡੈਂਟ ਦੀਆਂ ਕਿੰਨੀਆਂ ਵਿਜ਼ਟਰ ਦੀਆਂ ਕਿੰਨੀਆਂ ਪੀਆਰ ਦੀਆਂ ਕਿੰਨੀਆਂ ਸਿਟੀਜ਼ਨਸ਼ਿਪ ਦੀਆਂ ਕਿੰਨੀਆਂ ਹੁਣ ਉਹ ਵੀਡੀਓ ਵੇਖ ਕੇ ਕਿ ਬੱਚਿਆਂ ਦੇ ਵਿੱਚ ਬੱਚਿਆਂ ਦੇ ਮਾਪਿਆਂ ਦੇ ਵਿੱਚ ਔਰ ਏਜੰਟਾਂ ਦੇ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਬਹਿਸ ਕੀ ਸ਼ੁਰੂ ਹੋ ਗਈ ਕੈਨੇਡਾ ਵੀਜ਼ੇ ਬੰਦ ਕਰਨ ਜਾ ਰਿਹਾ ਹੈ ਕੈਨੇਡਾ ਦਰਵਾਜ਼ੇ ਬੰਦ ਕਰਨ ਜਾ ਰਿਹਾ ਹੈ ਹੁਣ ਨਹੀਂ ਵੀਜ਼ੇ ਲੱਗਣੇ 2022 ਦੇ ਵਿੱਚ ਕੈਨੇਡਾ ਦੇ ਹੁਣ ਕੈਨੇਡਾ ਦਾ ਢੇਡ ਭਰ ਗਿਆ ਫਾਈਲਸ ਲੈ ਕੇ ਬਥੇਰੇ ਪੈਸੇ ਕਮਾਲੇ 2 ਸਾਲ ਰੱਜ ਕੇ ਆਸਟ੍ਰੇਲੀਆ ਬੱਚਾ ਨਹੀਂ ਗਿਆ ਨਿਊਜ਼ੀਲੈਂਡ ਬੱਚਾ ਨਹੀਂ ਗਿਆ ਸੋ ਕੈਨੇਡਾ ਵਿੱਚ ਫਾਈਲ ਦਾ ਰਸ਼ ਜ਼ਿਆਦਾ ਪੈ ਗਿਆ ਹੁਣ ਵੀਜ਼ੇ ਨਹੀਂ ਹੋਣੇ ਕੈਨੇਡਾ ਦੇ ਆਹੀ ਗੱਲਾਂ ਸੁਣਨ ਮਿਲਦੀਆਂ ਕਿਸੇ ਏਜੰਟ ਭਰਾਵਾਂ ਦੇ ਨਾਲ ਮੀਟਿੰਗ ਕਰ ਲੋ ਕਿਸੇ ਬੱਚਿਆਂ ਨਾਲ ਦਫ਼ਤਰ 'ਚ ਮਿਲੋ ਜਾਂ ਮਾਪਿਆਂ ਨੂੰ ਮਿਲੋ ਪਰ ਸੱਚਾਈ ਕੀ ਹੈ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ ਹਰ ਇੱਕ ਦਾ ਆਪਣਾ ਆਪਣਾ ਦਿਮਾਗ ਰੱਬ ਨੇ ਆਪਣੀ ਆਪਣੀ ਬੁੱਧੀ ਬਖਸ਼ੀ ਹੈ ਜਿਵੇਂ ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ ਕਿਸੇ ਦੀ ਬੁੱਧੀ ਕਿਸੇ ਦੀ ਜਿਹੜੀ ਸਮਝ ਵੀ ਕਿਸੇ ਨਾਲ ਨਹੀਂ ਮਿਲਦੀ ਸੋ ਹਰ ਇੱਕ ਬੰਦਾ ਆਪਣੇ ਆਪਣੇ ਆਰਟੀਕਲ ਬੱਚੂ ਲਾ ਰਿਹਾ ਆਪਣੇ ਆਪਣੇ ਤੁੱਕੇ ਲਾ ਰਿਹਾ ਜਿੰਨਾ ਕਿ ਦਿਮਾਗ ਜਿੰਨਾ ਕਿ ਤਜਰਬਾ ਉਹਨਾਂ ਕਾ ਗੱਲ ਕਰਨ ਦਾ ਉਹਦੇ ਕੋਲ ਵੱਲ ਹੈ ਬਟ ਸਚਾਈ ਇਹ ਦੋਸਤੋ ਕੈਨੇਡਾ ਕਿਹੋ ਜਿਹਾ ਮੁਲਕ ਆ ਲੈਂਡ ਆਫ ਇਮੀਗ੍ਰੈਂਟਸ ਇੱਕ ਉਹ ਧਰਤੀ ਕੋ ਮੁਲਕ ਜਿਹੜਾ ਆਪਣੇ ਇਮੀਗ੍ਰੈਂਟਸ ਦੇ ਦਰਵਾਜੇ ਕਦੇ ਬੰਦ ਨਹੀਂ ਕਰ ਸਕਦਾ ਇਹ ਗੱਲ ਬੜੀ ਪੱਥਰ ਤੇ ਲਕੀਰ ਆ ਬਟ ਯੈਸ ਘਟ ਕਰ ਸਕਦਾ ਕੰਡੀਸ਼ਨ ਟਾਈਟ ਕਰ ਸਕਦਾ ਥੋੜਾ ਜਿਹਾ ਰੂਲਸ ਚੇਂਜ ਕਰ ਸਕਦਾ ਬਟ ਕੈਨੇਡਾ ਵੀਜ਼ੇ ਦੇ ਨੇ ਕਦੀ ਬੰਦ ਨਹੀਂ ਕਰਦਾ ਇਹ ਮੇਰੀ ਗੱਲ ਦਿਮਾਗ 'ਚ ਰੱਖ ਲਿਓ ਪਰ ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੁੰਦਾ ਮੈਂ ਇਸ ਗੱਲ ਤੋਂ ਵੀ ਨਾ ਨਹੀਂ ਕਰਦਾ ਕਿ ਵੀਜ਼ੇ ਘੱਟ ਲੱਗਣਗੇ ਜਾਂ ਰਿਫਿਊਜ਼ ਜ਼ਿਆਦਾ ਹੋਣਗੇ ਹੁਣ ਰਿਫਿਊਜ਼ ਜ਼ਿਆਦਾ ਹੋਣਗੇ ਤਾਂ ਆਟੋਮੈਟਿਕਲੀ ਵੀਜ਼ਾ ਘੱਟ ਲੱਗਣਗੇ ਇੱਕ ਵੱਡੀ ਗੱਲ ਹੋ ਗਈ ਨਾ ਬਟ ਵੀਜ਼ੇ ਘੱਟ ਕਦੇ ਨਹੀਂ ਲੱਗਣੇ ਦੋਸਤੋ 1.5 ਲੱਖ ਤੋਂ ਲੈ ਕੇ 1 ਲੱਖ 1.80 ਹਜ਼ਾਰ ਤੱਕ ਦਾ ਕੋਟਾ ਉਹਨਾਂ ਦਾ ਹਰ ਸਾਲ ਦਾ ਹੁੰਦਾ ਉਹ ਪੂਰਾ ਕਰਨਾ ਕਰਨਾ ਉਹਨਾਂ ਨੇ ਹੁਣ ਪ੍ਰੋਬਲਮ ਕੀ ਹੈ ਕਿ 2 ਸਾਲ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਬਾਰਡਰ ਬੰਦ ਰਹੇ ਜਿਹੜਾ ਘੱਟੋ ਘੱਟ 50% ਬੱਚਾ ਆਸਟ੍ਰੇਲੀਆ ਚ ਅਪਲਾਈ ਕਰਨ ਵਾਲਾ ਸੀ ਜਾਂ ਨਿਊਜ਼ੀਲੈਂਡ ਚ ਅਪਲਾਈ ਕਰਨ ਵਾਲਾ ਸੀ ਉਹ ਸਾਰਾ ਸਾਰਾ ਬੱਚਾ ਕੈਨੇਡਾ ਅਪਲਾਈ ਕਰ ਬੈਠਾ ਮੋਰਓਵਰਫੇ ਸਾਡੇ ਵਰਗੇ ਭਰਾਵਾਂ ਨੇ ਰੋਜ਼ ਰੋਜ਼ ਨਾਰੇ ਲਾਏ 1 ਮੋਡਿਊਲ 5.5 ਬੈਂਡ ਚਲੋ ਕੈਨੇਡਾ 2 ਮੋਡਿਊਲ ਸਾਡੇ ਪੰਡ ਪੰਡ ਤਾਂ ਵੀ ਆਜੋ ਹਮ ਲੇਂਗੇ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਸਾਰੇ ਪੈਸੇ ਵੀਜ਼ਾ ਲੱਗ ਕੇ ਬਾਅਦ ਸੋ ਇਦਾਂ ਦੀਆਂ ਅਟਰੈਕਟਿਵ ਐਡਸ ਦੇਖ ਕੇ ਬੱਚੇ ਨੇ ਕੈਨੇਡਾ ਅਪਲਾਈ ਕਰ ਲਿਆ ਤੇ ਜਦੋਂ ਸਾਰਾ ਰਸ਼ ਇੱਕੋ ਘਰ ਚ ਆ ਜੂਗਾ ਬਾਕੀ ਗਵਰਨਟੀ ਦੇ ਫਿਰ ਆਪਣੇ ਆਪ ਦੇਖਣਗੇ ਨਾ ਕਿ ਦੂਜੇ ਦੇਲ ਕੀ ਚੱਲਦਾ ਪਿਆ ਸੋ ਉਹੀ ਕੈਨੇਡਾ ਨਾਲ ਹੋਇਆ ਐਪਲੀਕੇਸ਼ਨ ਦਾ ਰਸ਼ ਜ਼ਿਆਦਾ ਹੋਇਆ ਵੀਜ਼ੇ ਰਿਫਿਊਜ਼ ਜ਼ਰੂਰ ਜ਼ਿਆਦਾ ਹੋ ਰਿਹਾ ਬਟ ਬੰਦ ਨਹੀਂ ਕੀਤੇ ਵੀਜ਼ੇ ਦੇਣੇ ਦੋਸਤੋ ਅੱਜ ਵੀ ਡਾਟਾ ਚੈੱਕ ਕਰਕੇ ਵੇਖੋ ਪਿਛਲੇ ਸਾਲਾਂ ਨਾਲੋਂ ਵੀਜ਼ੇ ਜ਼ਿਆਦਾ ਮਿਲੇ ਹਨ ਬਟ ਰਿਫਿਊਜ਼ ਰੇਟ ਜ਼ਿਆਦਾ ਹੋਣ ਕਰਕੇ ਕਿਉਂਕਿ ਐਪਲੀਕੇਸ਼ਨ ਦਾ ਰਸ਼ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਲੱਗਦਾ ਲੋਕਾਂ ਨੂੰ ਲੱਗਦਾ ਕਿ ਰਿਵਿਊਜ਼ ਬਹੁਤ ਹੋ ਰਹੇ ਆ ਤੁੱਕੇ ਰਸ਼ ਵੀ ਜ਼ਿਆਦਾ ਹੈ ਜਿੱਥੇ ਪਹਿਲਾਂ 100 ਐਪਲੀਕੇਸ਼ਨ ਲੱਗਦੀ ਸੀ ਉਹ ਚੋਂ 50 ਵੀਜ਼ੇ ਤੇ 50 ਰਿਫਿਊਜ਼ਲ ਆਉਂਦੇ ਸੀ ਅੱਜ ਜੇ 100 ਦੀ ਬਜਾਏ 1000 ਐਪਲੀਕੇਸ਼ਨ ਲੱਗ ਰਹੀ ਤਾਂ ਵੀਜ਼ੇ ਦੇ 50 ਅੱਜ ਵੀ ਆ ਰਹੇ 50 ਦੇ 55 ਆ ਰਹੇ ਨੇ 45 ਨਹੀਂ ਆ ਰਹੇ ਸੋ ਵੀਜ਼ਾ ਰੇਸ਼ੋ ਅੱਜ ਵੀ ਉਹੀ ਚੱਲ ਰਿਹਾ ਪਰ ਉਹ ਗੱਲ ਵੱਖਰੀ ਹੈ ਕਿ ਐਪਲੀਕੇਸ਼ਨ ਦਾ ਰਸ਼ ਜ਼ਿਆਦਾ ਹੋਣ ਕਰਕੇ ਜਿਹੜੀ ਰਿਫਿਊਜ਼ਲ ਰੇਟ ਹੈ ਉਹ 50% ਟੱਪ ਕੇ ਲਗਭਗ 57 58% ਹੋ ਚੁੱਕੀ ਹੈ ਯੈਸ ਸਹੀ ਸੁਣ ਰਹੇ ਹੋ ਰਿਫਿਊਜ਼ਲ ਰੇਟ 57 58% ਤੱਕ ਪਹੁੰਚ ਚੁੱਕਾ ਹੁਣ ਹੋਏਗਾ ਕਿ ਨੌਨ ਐਸਡੀ ਤੁਹਾਡੇ ਇੱਕ ਮੋਡਿਊਲ ਸਾਡੀ ਪਨਬੈਡ ਹੈ ਤੇ ਫਿਰ ਜੇ ਕੇਸ ਅਪਲਾਈ ਕਰਨਾ ਤਾਂ ਪਹਿਲਾਂ ਗੁਰਦੁਆਰੇ ਅਖੰਡ ਪੜ ਸੁੱਖ ਕੇ ਜਾਂ ਮੰਦਿਰ ਚ ਜਾਂ ਮਸਜਿਦ ਜਿੱਥੇ ਵੀ ਜਿਹੜੇ ਰੱਬ ਨੂੰ ਮੰਨਦੇ ਹੋ ਉੱਤੇ ਅਰਦਾਸ ਕਰਕੇ ਫਿਰ ਫਲ ਲਿਓ ਬਹੁਤੇ ਵੀਜ਼ਾ ਦੀ ਉਮੀਦ ਨਹੀਂ ਗਈ ਇਹ ਸੱਚ ਹੈ ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਵੀਜ਼ੇ ਨਹੀਂ ਹੋਣਗੇ ਨੌਨ ਐਸਡੀਜ਼ ਕੈਟਾਗਰੀ ਚ ਆਉਣਗੇ ਬਟ ਵੀਜ਼ਾ ਰੇਸ਼ੋ 20-25% ਤੋਂ ਜ਼ਿਆਦਾ ਨਹੀਂ ਹੋਏਗਾ 10 ਐਪਲੀਕੇਸ਼ਨ ਲੱਗੀਆਂ 2 ਤੋਂ 3 ਵੀਜ਼ੇ ਹੋਣਗੇ ਤੁਸੀਂ ਪੀਟੀ ਕੀਤੀ ਹੈ ਚਾਹੇ ਤੁਹਾਡੇ 60 ਨੰਬਰ ਹੈ ਤੁਹਾਡੀ ਕੈਟਾਗਰੀ ਸਿੱਧੀ ਨੌਨ ਐਸਡੀਜ਼ ਕੈਟਾਗਰੀ ਚ ਜਾ ਰਹੀ ਹੈ ਕੋਸ਼ਿਸ਼ ਕਰੋ ਪੀਟੀ ਦੀ ਬਜਾਏ ਆਇਲਸ ਕਰਕੇ ਫਾਈਲ ਅਪਲਾਈ ਕਰੋ ਤਾਂ ਕਿ ਐਸਜੀਐਸ ਕੈਟਾਗਰੀ ਵਿੱਚ 6 ਬੈਂਡੀਚ ਦੇ ਨਾਲ ਫਾਈਲ ਲਾਈ ਜਾਵੇ ਹੁਣ ਕੱਲੇ ਆਇਲਸ ਦੇ 6 ਬੈਂਡੀਚ ਨਾਲ ਵੀਜ਼ਾ ਨਹੀਂ ਹੋਣਾ ਤੁਹਾਡੀ ਅਕਾਦਮਿਕ ਪ੍ਰੋਫਾਈਲ ਵੀ ਚੰਗੀ ਚਾਹੀਦੀ ਹੈ ਇੱਕ ਸਮਾਂ ਸੀ ਅਸੀਂ 45% 47% ਦੇ ਵੀਜ਼ੇ ਲਏ ਬਟ ਅੱਜ ਜੇਕਰ ਤੁਹਾਡੀ ਪਰਸੈਂਟੇਜ 50% ਤੋਂ ਘੱਟ ਹੈ ਆਇਲਸ ਦੇ ਬੈਂਡ ਤੁਹਾਡੇ 6 ਜਾਂ 6.5 ਜਾਂ 7 ਹੈ ਤਾਂ ਬੋਤੇ ਇਸ ਚੀਜ਼ ਦੀ ਛਾਤੀ ਠੋਕ ਕੇ ਗੱਲ ਨਾ ਕਰਿਓ ਕਿ ਮੇਰਾ ਵੀਜ਼ਾ ਆਉਣਾ ਹੀ ਹੋਣਾ ਤੁਹਾਡੀ ਵੀ ਰਿਫਿਊਜ਼ ਲਾ ਸਕਦੀ ਹੈ ਕਿਉਂਕਿ ਸਿਰਫ ਆਇਲਸ ਦੇ ਬੈਂਡ ਵੀਜ਼ਾ ਡਿਸਾਈਡ ਨਹੀਂ ਕਰਦੇ ਤੁਹਾਡੇ ਆਇਲ 6 ਈਚ ਤੁਹਾਡੀ ਪਰਸੈਂਟੇਜ 60% ਤੁਹਾਡੇ ਜਿਹੜੇ ਤੁਸੀਂ ਕੋਰਸ ਡੈਟ ਇੰਡੀਆ ਚ ਪਲੱਸ 2 ਪੜ੍ਹੇ ਆ ਉਹ ਜਿਹੜਾ ਡਿਪਲੋਮਾ ਜਿਹੜੀ ਡਿਗਰੀ ਲੈ ਕੇ ਜਾ ਰਹੇ ਹੋ ਉਹ ਪੜ੍ਹਾਈ ਕਿਹੜੇ ਸਬਜੈਕਟ ਦੇ ਬੇਸ ਤੇ ਡਿਪੈਂਡ ਕਰਦੀ ਹੈ ਉਹਦੇ ਚੋ ਸਟਰੋਂਗ ਸਬਜੈਕਟ ਚੂਜ਼ ਕਰਨਾ ਤੁਹਾਡੀ ਪੜ੍ਹਾਈ ਚ ਜੇ ਸਾਲ ਦੋ ਸਾਲ ਦਾ ਕੋਈ ਗੈਪ ਹੈ ਜਾਂ ਪੁਰਾਣੀ ਕੋਈ ਰਿਫਿਊਜ਼ਲ ਹੈ ਉਹਨੂੰ ਜਸਟੀਫਿਕੇਸ਼ਨ ਦੇ ਰਾਹੀਂ ਸਟੇਟਮੈਂਟ ਪਰਪਸ ਰਾਹੀਂ ਐਕਸਪਲੇਨ ਕਰਨਾ ਆ ਚਾਰ ਚੀਜ਼ਾਂ ਡਿਸਾਈਡ ਕਰਦੀਆਂ ਤੁਹਾਡਾ ਵੀਜ਼ਾ ਔਰ ਤੁਹਾਡੀ ਰਿਫਿਊਜ਼ਲ ਸੋ ਅਗਰ ਚੰਗੇ ਕੰਸਲਟੈਂਟ ਇਥਾਂ ਤੁਹਾਡੀ ਫਾਈਲ ਹੈ ਇੱਕ ਸੁਲਝੇ ਹੋਏ ਤਜਰਬੇਕਾਰ ਕੰਸਲਟੈਂਟ ਇਥਾਂ ਤੁਹਾਡੀ ਫਾਈਲ ਹੈ ਤਾਂ ਵੀਜ਼ੇ ਤੱਕ ਜੂਰ ਪਹੁੰਚਾ ਸਕਦੀ ਹੈ ਸੋ ਅਗਰ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਇੱਕ ਦੋ ਵਾਰ ਤਿੰਨ ਵਾਰ ਰਿਫਿਊਜ਼ ਹੋ ਚੁੱਕੇ ਹੋ ਬਟ ਆਇਲਸ 6 ਬੈਂਡ ਈਚ ਹੈ ਤੇ ਇੱਕ ਵਾਰ ਅ ਸਕੂਲ ਦੀ ਟੀਮ ਦੀ ਮਦਦ ਜ਼ਰੂਰ ਲਓ ਬਟ ਇੱਕ ਤੋਂ ਸਾਢੇ ਪੰਜ ਬੈਂਡ ਆ ਜਾਂ ਪੀਟੀ ਕੀਤੀ ਹੈ ਤੇ ਫਿਰ ਆਇਲਸ 6 ਈਚ ਲੈ ਕੇ ਆਪਦਾ ਕੇਸ ਅਪਲਾਈ ਕਰੋ ਪਰਸੈਂਟੇਜ ਘਟਾ ਹੈ ਕੈਨੇਡਾ ਛੱਡ ਕੇ ਹੋਰ ਨਾ ਮੁਲਕਾਂ ਵਾਲੇ ਪਾਸੇ ਚਲੇ ਜਾਓ ਅੱਜ ਕੈਨੇਡਾ ਨੇ ਇਦਾਂ ਦੇ ਬੱਚਨ ਨੂੰ ਵੀਜ਼ਾ ਨਹੀਂ ਦੇਣਾ ਇਹ ਸੱਚ ਹੈ ਔਰ ਮੈਂ ਜਿਹੜੀ ਭੁਵਿੱਖਿਆਣੀ ਕਰਦਾ ਉਹ ਸੱਚੀ ਹੁੰਦੀਆਂ ਤੁਸੀਂ ਸਾਡੇ YouTube ਚੈਨਲ ਤੇ ਜਰੂਰ ਦੇਖ ਸਕਦੇ ਹੋ ਉਮੀਦ ਕਰਦਾ ਵੀਡੀਓ ਥੋੜੀ ਜਿਹੀ ਦਿਲ ਨੂੰ ਦਰਦ ਦਿੱਤਾ ਹੋਏਗਾ ਬਟ ਸੱਚੀ ਹੋਈ ਹੈ ਜੇ ਅੱਜ ਦਰਦ ਦੇਵੇਗਾ ਤੇ ਕੱਲ ਨੂੰ ਮਾਂ ਪਿਓ ਦਾ ਪੈਸਾ ਤੁਹਾਡਾ ਸਮਾਂ ਖਰਾਬ ਨਹੀਂ ਹੋਏਗਾ ਇੱਕ ਵੀਡੀਓ ਕੀਤੀ ਸੀ ਅਗਰ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ ਚੁੱਪ ਕਰਕੇ ਉਹ ਸ਼ੇਰੀਆ ਫਾਈਲ ਪਾ ਲਓ ਐਸ ਟਾਈਮ 2 ਸਾਲ ਤੋਂ ਬੱਚਾ ਆਸਟ੍ਰੇਲੀਆ ਨਹੀਂ ਗਿਆ ਸੋ ਬੱਚਿਆਂ ਦੀ ਲੋੜ ਉਹਨੂੰ ਸੋ ਅਗਰ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਰਾਰਸ ਗੋਲਦੀ ਟੀਵੀ ਦੀ ਮਦਦ ਜ਼ਰੂਰ ਲਈ ਜਾ ਸਕਦੀ ਹੈ ਉਮੀਦ ਕਰਦਾ ਹਾਂ ਵੀਡੀਓ ਚੰਗੀ ਲੱਗੇਗੀ ਇੱਕ ਨਵੇਂ ਟੌਪਿਕ ਤੇ ਫਿਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਤੁਸੀਂ ਘਰੇ ਬੈਠੇ ਮੋਬਾਈਲ ਫੋਨ ਦੇ ਜ਼ਰੀਏ ਇੱਧਰ ਉੱਧਰ ਚਿੱਟਚੜ ਕਰਨ ਦੀ ਬਜਾਏ ਚੰਗੀ ਇਨਫੋਰਮੇਸ਼ਨ ਲੈ ਕੇ ਆਪਣੇ ਆਪ ਨੂੰ ਬੇਰ ਕਰ ਸਕੋ ਜੁੰਦੇ ਵਾਸਤੇ ਰੱਬ ਰੱਖਾ ਸਾਸ਼ੀ ਕਾਲ